ਗੁਰਦਾਸਪੁਰ ਜ਼ਿਲ੍ਹੇ ਵਿਖੇ ਸਿੱਖਿਆ ਅਧਿਕਾਰੀਆਂ ਵੱਲੋਂ ਨਿੱਜੀ ਸਕੂਲਾਂ ਦੀ ਇਨਸਪੈਕਸ਼ਨ ਕੀਤੀ ਗਈ ਅਤੇ ਇਸ ਦੌਰਾਨ ਸੀਨੀਅਰ ਅਧਿਕਾਰੀ ਮੌਜੂਦ ਰਹੇ। ਇਸ ਸੰਬੰਧ ਵਿੱਚ ਇਹ ਜਾਣਕਾਰੀ ਲਈ ਗਈ ਕਿ ਜ਼ਬਰਦਸਤੀ ਤਾਂ ਸਕੂਲਾਂ ਵੱਲੋਂ ਸਟੇਸ਼ਨਰੀ ਖਰੀਦਣ ਲਈ ਮਾਪਿਆਂ ਜਾਂ ਬੱਚਿਆਂ ਤੇ ਦਬਾਅ ਤਾਂ ਬਣਾਇਆ ਨਹੀਂ ਜਾ ਰਿਹਾ। ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਵਧੇਰੇ ਜਾਣਕਾਰੀ ਵੀ ਦਿੱਤੀ। ਮੇਰੇ ਪਹਿਲਾਂ ਵੁੱਡਸਟਾਕ ਸਕੂਲ ਦਾ ਜਿਹੜਾ ਉਹਦੀ ਇਨਸਪੈਕਸ਼ਨ ਕੀਤੀ ਹੈ। ਹੁਣ ਇਸ ਵੇਲੇ ਅਸੀਂ ਡੀਏਵੀ ਸੈਂਟਰਨਰੀ ਸਕੂਲ ਦੇ ਵਿੱਚ ਬੈਠੇ ਹਾਂ। ਇਹਨਾਂ ਦੇ ਪਿਛਲੇ 2 ਸਾਲਾਂ ਦੀਆਂ ਬੈਲੈਂਸ ਸ਼ੀਟਸ ਵੇਖੀਆਂ ਗਈਆਂ ਔਰ ਉਹਨੇ ਕਾਪੀਜ਼ ਵੀ ਅਸੀਂ ਲੈਣੀਆਂ ਔਰ ਬੁੱਕਸ ਸਟੋਰ ਅਤੇ ਯੂਨੀਫਾਰਮ ਜਿਹਦੇ ਬਾਰੇ ਕਮਰਸ਼ਲਾਈਜੇਸ਼ਨ ਦੇ ਬਾਰੇ ਗੱਲ ਚੱਲਦੀ ਹੈ ਕਿ ਸਕੂਲਾਂ ਦੇ ਵਿੱਚ ਪ੍ਰੋਫਿਟੀਅਰਿੰਗ ਵੀ ਕੰਮ ਚੱਲ ਰਿਹਾ ਉਸ ਦੇ ਬਾਰੇ ਵੀ ਅਸੀਂ ਰਿਪੋਰਟ ਲਿੱਤੀ ਹੈ ਇਹਨਾਂ ਦੀ ਕਿਤਾਬਾਂ ਦੀ ਜੋ ਕਿਉਂਕਿ ਇਹ ਡੀਏਵੀ ਸਕੂਲ ਦੀ ਡੀਏਵੀ ਮੈਨੇਜਮੈਂਟ ਵੱਲੋਂ ਦੱਸਿਆ ਗਿਆ ਹੈ ਕਿ ਆਲ ਇੰਡੀਆ ਲੈਵਲ ਦੇ ਉੱਪਰ ਆਪਣੀਆਂ ਹੀ ਕਿਤਾਬਾਂ ਜਿਹੜੀਆਂ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਬੱਚਿਆਂ ਨੂੰ। ਅਸੀਂ ਉਹਦੀ ਰੇਟ ਲਿਸਟ ਚੈੱਕ ਕੀਤੀ ਹੈ, ਬੜੀ ਰੀਜ਼ਨੇਬਲ ਰੇਟ ਲੱਗੇ 800 ਰੁਪਏ ਤੋਂ ਲੈ ਕੇ ਅਤੇ 1900 ਰੁਪਏ ਦੇ ਵਿੱਚ ਸਾਰਾ ਕੰਪਲੀਟ ਸੈੱਟ ਜਿਹੜਾ ਉਹ LKG ਤੋਂ ਲੈ ਕੇ 8ਵੀਂ ਜਮਾਤ ਤੱਕ ਜਿਹੜਾ ਪ੍ਰੋਵਾਈਡ ਕਰਾਇਆ ਜਾ ਰਿਹਾ। ਮੇਰੇ ਕੋਲ ਪੇਰੈਂਟ ਐਸੋਸੀਏਸ਼ਨ ਦੇ ਵੀ ਬੈਠੇ, ਨਿਸ਼ਕਾਮ ਸੇਵਾ ਵਾਲੇ ਵੀ ਬੈਠੇ ਨੇ, ਉਹਨਾਂ ਨੇ ਵੀ ਇਹ ਜਿਹੜੇ ਰੇਟਸ ਦੇਖ ਕੇ ਉਹਨਾਂ ਨੂੰ ਵੀ ਇਹ ਲੱਗ ਰਿਹਾ ਕਿ ਇਹ ਰੇਟ ਜਿਹੜੇ ਆ ਵਾਜਬ ਨੇ। ਇਸ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਦੇ ਨਾਲ ਗੱਲ ਕੀਤੀ ਗਈ ਹੈ ਕਿ ਜਿਹੜੇ ਐਨੂਅਲ ਚਾਰਜਿਸ ਜਿਹੜੇ ਆ ਉਹ ਲਏ ਜਾ ਰਹੇ ਆ। ਅਸੀਂ ਉਹਦਾ ਚਾਹੁੰਦੇ ਹਾਂ ਕਿਉਂਕਿ ਮਾਨਯੋਗ ਡਿਵੀਜ਼ਨਲ ਕਮਿਸ਼ਨਰ ਜੀ ਜਿਹੜੇ ਕਿ ਰੈਗੂਲੇਟਰੀ ਕਮੇਟੀ ਦੇ ਚੇਅਰਪਰਸਨ ਹੈ, ਉਹਨਾਂ ਨੇ ਜਦੋਂ ਮੀਟਿੰਗ ਲਈ ਸੀ ਸਾਡੀ ਵੀਰਵਾਰ ਵਾਲੇ ਦਿਨ, ਉਦੋਂ ਇਹੀ ਗੱਲ ਕਹੀ ਸੀ ਕਿ ਜਿਹੜੇ ਚਾਰਜਿਸ ਹੈ ਉਹਨਾਂ ਦਾ ਰੂਪ ਬਦਲ ਦਿੱਤਾ ਗਿਆ, ਉਹਦਾ ਨਾਂ ਬਦਲ ਦਿੱਤਾ ਗਿਆ। ਐਨੂਅਲ ਚਾਰਜਿਸ ਦੇ ਨਾਂ ਹੇਠ ਸ਼ਾਇਦ ਹੁਣ ਪੈਸੇ ਜਿਹੜੇ ਆ ਉਹ ਜ਼ਿਆਦਾ ਇਕੱਤਰ ਕੀਤੇ ਜਾ ਰਹੇ ਆ। ਇਸ ਕਰਕੇ ਅਸੀਂ ਇਹਨਾਂ ਦੇ ਐਨੂਅਲ ਚਾਰਜਿਸ ਦਾ ਬ੍ਰੇਕਅਪ ਜਿਹੜਾ ਉਹ ਵੀ ਮੰਗਿਆ।